ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਦੀ ਵੀਡੀਓ 'ਚ ਆਪਾਂ ਤੁਹਾਡੇ ਨਾਲ ਗੱਲ ਕਰਾਂਗੇ ਜੀ ਤੂੜੀ ਦੇ ਰੇਟ ਦੀ, ਤੂੜੀ ਦੀ ਟਰਾਲੀ ਦਾ ਕੀ ਰੇਟ ਚੱਲ ਰਿਹਾ। ਸੋ ਅੱਗੇ ਨਾਲੋਂ ਰੇਟ ਜਿਹੜੇ ਆ ਥੋੜ੍ਹੇ ਜਿਹੇ ਵਧੇ ਆ, ਪੂਰੀ ਗੱਲਬਾਤ ਅੱਗੇ ਆਪਾਂ ਤਾਸ਼ ਵੀਡੀਓ 'ਚ ਕਰਾਂਗੇ। ਜੇ ਤੁਸੀਂ ਚੈਨਲ 'ਤੇ ਨਵੇਂ ਹੋ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਅਤੇ ਬੈੱਲ ਵਾਲਾ ਬਟਨ ਨਾਲ ਜ਼ਰੂਰ ਦਬਾ ਲਿਓ। ਸੋ ਗੱਲ ਕਰਦੇ ਹਾਂ ਤੂੜੀ ਦੇ ਰੇਟ ਦੀ। ਤੂੜੀ ਦੇ ਰੇਟ ਵੱਖ ਵੱਖ ਤਰ੍ਹਾਂ ਦੇ ਰੇਟ ਚੱਲੀ ਜਾਂਦੇ ਆ। ਜੇ ਤਾਂ ਤੁਸੀਂ ਤੂੜੀ ਆਪ ਲੱਦ ਕੇ ਪੰਡਾਂ ਬੰਨ੍ਹ ਕੇ ਜੇ ਤੂੜੀ ਉੱਥੇ ਲੈ ਕੇ ਜਾਂਦੇ ਹੋ, ਜਿੱਥੇ ਵੀ ਤੂੜੀ ਵਿਕਦੀ ਆ ਕੰਟੇ ਦੇ ਉੱਤੇ ਤੁਹਾਡੇ ਸ਼ਹਿਰ ਦੇ ਲਾਗੇ ਬੰਨੇ, ਅਤੇ ਉਹਦਾ ਰੇਟ ਵੱਖਰਾ ਵਾ। ਜੇ ਤੂੜੀ ਆਪਾਂ ਘਰੋਂ ਚੁਕਾਉਂਦੇ ਹਾਂ ਉਹਦਾ ਰੇਟ ਵੱਖਰਾ, ਜੇ ਆਪਾਂ ਤੂੜੀ ਵਾਲੀ ਟਰਾਲੀ ਲੈਂਦੇ ਹਾਂ ਉਹਦਾ ਰੇਟ ਵੱਖਰਾ ਬਾਕੀ। ਸੋ ਜੇ ਆਪਾਂ ਤੂੜੀ ਪੈਲੀ ਦੇ ਵਿੱਚੋਂ ਚੁਕਾਉਂਦੇ ਹਾਂ, ਢੇਰੀ ਕੀਤੀ ਹੋਈ, ਉਹਦਾ ਰੇਟ ਚੱਲ ਰਿਹਾ ਜੀ 250 ਤੋਂ ਲੈ ਕੇ 300 ਰੁਪਏ ਦੇ ਵਿੱਚ, ਜਿਹੜੀ ਤੂੜੀ ਦਾ ਰੇਟ ਚੱਲ ਰਿਹਾ। ਅਤੇ ਜੇ ਆਪਾਂ ਤੂੜੀ ਵਾਲੀ ਟਰਾਲੀ ਦਾ ਹੀ ਗੱਲ ਕਰ ਲਈਏ, ਤਾਂ ਤੂੜੀ ਵਾਲੀ ਟਰਾਲੀ ਜਿਹੜੀ ਆ, ਜੇ ਆਪਾਂ ਉਹਨਾਂ ਨੂੰ ਲਾਹ ਕੇ ਦਿੰਦੇ ਹਾਂ ਤੂੜੀ, ਅਤੇ ਉਹਦਾ ਰੇਟ ਚੱਲ ਰਿਹਾ 2500 ਤੋਂ ਲੈ ਕੇ 2700 ਰੁਪਏ ਤੱਕ। ਅਤੇ ਜੇ ਤੁਸੀਂ ਆਪ ਲਾਉਣੀ ਆ ਤਾਂ ਫਿਰ ਜਿਹੜਾ ਵਾ 2000-2200 ਰੁਪਇਆ ਤੱਕ ਰੇਟ ਜਿਹੜਾ ਉਹਦਾ ਚੱਲ ਰਿਹਾ ਜੇ। ਸੋ ਜੇ ਤੁਸੀਂ ਆਪ ਪੰਡਾਂ ਬੰਨ੍ਹ ਕੇ ਟਰਾਲੇ ਦੇ ਲੱਦ ਕੇ ਤੂੜੀ ਲੈ ਕੇ ਜਾਂਦੇ ਹੋ ਕੰਡੇ ਦੇ ਉੱਤੇ, ਉਹਦਾ ਰੇਟ ਜਿਹੜਾ ਵਾ 400 ਤੋਂ 425 ਦੇ ਵਿੱਚ ਚੱਲ ਰਿਹਾ। ਉਹਦੇ ਵਿੱਚ ਇਹ ਹੁੰਦਾ ਵੀ ਪੰਡਾਂ ਜਿਹੜੀਆਂ ਲਾਉਣੀਆਂ ਸੌਖੀਆਂ ਹੁੰਦੀਆਂ, ਅਗਲੇ ਨੂੰ ਇੱਕ ਬੰਦਾ ਤੁਹਾਡਾ ਹੁੰਦਾ, ਇੱਕ ਉਹਨਾਂ ਦਾ ਚੁਕਾਈ ਜਾਂਦਾ ਅਤੇ ਉਹ ਲਾਈ ਜਾਂਦੇ, ਇੱਥੇ ਟਿਕਾਣੇ ਚੱਲ ਜਾਂਦੀਆਂ। ਸੋ ਇਸ ਤਰ੍ਹਾਂ ਤੂੜੀ ਦੇ ਰੇਟ ਜਿਹੜੇ ਉਹ ਚੱਲ ਰਹੇ ਆ।